ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋ ਰਹੀ ਸਾਧ ਸੰਗਤ ਜੀਓ, ਕਿਵ ਸਚਿਆਰਾ ਹੋਈ ਹੈ, ਇਹ ਇੱਕ ਸਵਾਲ ਗੁਰੂ ਸਾਹਿਬ ਨੇ ਆਪ ਹੀ ਪੁੱਛਿਆ, ਆਪ ਹੀ ਇਸ ਦਾ ਜਵਾਬ ਦਿੱਤਾ ਕਿ ਸਚਿਆਰ ਕਿਸ ਤਰ੍ਹਾਂ ਹੋ ਸਕੀਦਾ ਹੈ, ਕਿਸ ਤਰ੍ਹਾਂ ਸੱਚੇ ਬਣ ਸਕੀਦਾ ਹੈ। ਹੋਂਦ ਵਾਲਾ ਉਹੀ ਹੈ ਪਰਮਾਤਮਾ, ਆਲ ਮਾਈਟੀ ਗੋਡ ਇਜ਼ ਦੀ ਓਨਲੀ ਵਨ ਹੂ ਹੈਜ਼ ਐਗਜ਼ਿਸਟੈਂਸ, ਜਿਸ ਨੇ ਹਮੇਸ਼ਾ ਰਹਿਣਾ ਹੈ, ਜੋ ਕੱਲ੍ਹ ਸੀ ਅੱਜ ਹੈ ਕੱਲ੍ਹ ਫਿਰ ਹੋਵੇਗਾ, ਜੋ ਭੂਤਕਾਲ ਵਿੱਚ ਸੀ ਵਰਤਮਾਨ ਵਿੱਚ ਹੈ ਭਵਿੱਖ ਵਿੱਚ ਵੀ ਹੋਵੇਗਾ। ਉਹ ਯੂਨੀਵਰਸਲ ਮਾਸਟਰ ਆਲ ਮਾਈਟੀ ਗੋਡ ਉਹੀ ਸਚਿਆਰ ਹੈ, ਉਹੀ ਸਚਿਆਰਾ ਹੈ, ਅਤੇ ਜੀਵ ਆਤਮਾ ਉਸੇ ਦੀ ਅੰਸ਼ ਹੈ। ਤਾਂ ਸਚਿਆਰ ਕਿਵੇਂ ਹੋਵੇਗਾ, ਇਹ ਇੱਕ ਰਸਤਾ ਦੱਸਿਆ ਹੈ ਕਿ ਕਦੋਂ ਕਿਸ ਤਰ੍ਹਾਂ ਇਹ ਇਨਸਾਨ, ਇਹ ਜੀਵ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਸਕਦੀ ਹੈ। ਸਚਿਆਰ ਇਸ ਤਰ੍ਹਾਂ ਹੈ, ਜਦੋਂ ਜੀਵ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਜਾਵੇ, ਅਤੇ ਉਹ ਅਪੇਧ ਹੋਣ ਦਾ ਰਸਤਾ ਦੱਸਿਆ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਜੋ ਵਿਚਾਲੇ ਜੀਵ ਆਤਮਾ ਅਤੇ ਪਰਮਾਤਮਾ ਦੇ ਵਿੱਚ ਇੱਕ ਕੰਧ ਬਣ ਗਈ ਹੈ, ਇੱਕ ਵਾਲ ਆਫ ਇਲਿਊਜ਼ਨ ਕ੍ਰੀਏਟ ਹੋ ਗਈ ਹੈ, ਉਹ ਕਿਸ ਤਰ੍ਹਾਂ ਗਿਰ ਜਾਏ ਅਤੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਏ। ਉਹ ਇਸ ਤਰ੍ਹਾਂ ਸਤਿਗੁਰੂ ਨੇ ਇਸਦਾ ਉੱਤਰ ਆਪ ਦਿੱਤਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਹੁਕਮ ਉਸਦਾ ਲਿਖਿਆ ਹੋਇਆ ਹੈ, ਉਸ ਹੁਕਮ ਦੇ ਵਿੱਚ ਰਾਜ਼ੀ ਰਹਿਣਾ ਹੈ। ਇਨਸਾਨ ਜੋ ਹੈ ਆਪਣੀ ਹਉਮੈ ਨੂੰ ਭੁਲਾ ਕੇ ਉਸ ਦੀ ਰਜ਼ਾ ਦੇ ਵਿੱਚ ਜੇ ਰਾਜ਼ੀ ਰਹੇ, ਉੱਦਾਂ ਦਾ ਜੀਵਨ ਬਿਤਾਏ ਉਹਦੇ ਹੁਕਮ ਵਿੱਚ ਰਹਿ ਕੇ, ਤਾਂ ਇਸ ਤਰ੍ਹਾਂ ਇਨਸਾਨ ਸਚਿਆਰ ਹੋ ਸਕਦਾ ਹੈ। ਵੈਨ ਸੰਬਡੀ ਗੈਟਸ ਰਿਡ ਆਫ ਵਨਸ ਓਨ ਈਗੋ, ਦਿਸ ਇਜ਼ ਐਨ ਈਗੋ ਵਿਚ ਕੀਪਸ ਅਸ ਸੈਪਰੇਟ, ਦੈਟ ਵੀ ਆਰ ਨਾਟ ਇਨ ਏ ਪੋਜੀਸ਼ਨ ਟੂ ਬੀ ਯੂਨਾਈਟਿਡ ਵਿਦ ਆਲ ਮਾਈਟੀ ਵੈਨ ਦੇਅਰ ਇਜ਼ ਈਗੋ। ਵੈਨ ਈਗੋ ਇਜ਼ ਡਨ ਅਵੇ ਵਿਦ ਐਂਡ ਦੀ ਪਰਸਨ, ਦੀ ਮੈਨ, ਦੀ ਕੰਸਰਨ, ਐਨੀਬਡੀ whosoever is, when he kills his own ego and whatever the will of God is there, order of God is there, command of God is there, he surrenders to the will of God, to the command of God. Jis tarah apni home nu maar ke jadon insaan parmatma di raja vich, parmatma de hukm vich ਰਹਿੰਦਾ ਹੈ, ਆਪਣੇ ਆਪ ਨੂੰ ਸਮਰਪਣ ਕਰਦਾ ਹੈ ਆਪਣੀ ਹਉਮੈ ਨੂੰ ਮਾਰ ਕੇ, ਤਾਂ ਉਹ ਸਚਿਆਰ ਬਣ ਸਕਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੁਕਮ ਵਿੱਚ, ਹੁਕਮ ਅਨੁਸਾਰ, according to the command of God, hukmi
ਹੋਮਨ ਆਕਾਰ, ਹੋਮਨ ਹੁੰਦੇ ਹਨ, ਆਕਾਰ ਆਬਜੈਕਟਸ ਜੋ ਲਿਵਿੰਗ ਨੋਨ ਲਿਵਿੰਗ ਬੀਇੰਗਸ ਹਨ, ਹੋਂਦ ਵਿੱਚ ਆਉਂਦੇ ਹਨ, ਬਣਦੇ ਹਨ ਹੁਕਮ ਅਨੁਸਾਰ। ਹੁਕਮ ਦੇ ਰਾਹੀਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਾਂ ਪਦਾਰਥ ਬਣਦੇ ਹਨ, ਜੀਵ ਬਣਦੇ ਹਨ। ਹੁਕਮੀ ਹੋਵਨ ਆਕਾਰ, ਆਕਾਰ ਮੈਨਾ ਸਰੀਰ, ਸਰੀਰ ਬਣਦੇ ਹਨ। ਹੁਕਮ ਨਾ ਕਿਹਾ ਜਾਈ, ਤੇ ਇਹ ਜੋ ਹੁਕਮ ਹੈ ਇਸ ਨੂੰ ਕਿਹਾ ਨਹੀਂ ਜਾ ਸਕਦਾ, ਹੁਕਮ ਨੂੰ ਕਿਹਾ ਨਹੀਂ ਜਾ ਸਕਦਾ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਸ ਨੂੰ ਕਥਿਆ ਨਹੀਂ ਜਾ ਸਕਦਾ। ਅਕਾਰਡਿੰਗ ਟੂ ਦੀ ਕਮਾਂਡ ਆਫ ਗਾਡ ਦੀ ਓਬਜੈਕਟਸ ਆਰ ਕ੍ਰੀਏਟਡ, ਅੰਡਰ ਹਿਸ ਕਮਾਂਡ ਦੀ ਓਬਜੈਕਟਸ ਆਰ ਕ੍ਰੀਏਟਡ, ਐਂਡ ਦੈਟ ਕਮਾਂਡ, ਦੈਟ ਆਰਡਰ, ਦੈਟ ਫੀਅਟ ਆਫ ਆਲ ਮਾਈਟੀ, ਦੈਟ ਯੂਨੀਵਰਸਲ ਮਾਸਟਰ ਕੈਨ ਨਾਟ ਬੀ ਡਿਸਕ੍ਰਾਈਬਡ, ਕੈਨ ਨਾਟ ਬੀ ਨੈਰੇਟਡ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਮਨ ਜੀ, ਹੁਕਮ ਮਿਲੇ ਵਡਿਆਈ। ਤੇ ਹੁਕਮੀ, ਫਿਰ ਹੁਕਮੀ, ਹੁਕਮੀ ਤੋਂ ਭਾਵ ਹੁਕਮ ਅਨੁਸਾਰ, ਹੁਕਮ ਮੁਤਾਬਕ, ਅਕੋਰਡਿੰਗ ਟੂ ਦੀ ਆਰਡਰ, ਅਕੋਰਡਿੰਗ ਟੂ ਦੀ ਕਮਾਂਡ ਆਫ ਆਲ ਮਾਈਟੀ। ਹੁਕਮੀ ਹੋਮਨ ਆਕਾਰ, ਹੁਕਮ ਨਕੇ ਆ ਜਾਈ, ਹੁਕਮੀ ਹੋਮਨ ਜੀ, ਜੀ ਲਿਵਿੰਗ ਬੀਇੰਗਸ। ਉਸ ਦੇ ਹੁਕਮ ਨਾਲ ਇਹ ਲਿਵਿੰਗ ਬੀਇੰਗਸ, ਇਹ ਜੀਵ ਪੈਦਾ ਹੁੰਦੇ ਹਨ। ਹੁਕਮੀ ਹੋਮਨ ਜੀ, ਹੁਕਮ ਮਿਲੇ ਵਡਿਆਈ, ਤੇ ਉਸ ਦੇ ਹੁਕਮ ਨਾਲ ਹੀ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ, ਪ੍ਰੇਜ਼ ਪ੍ਰਾਪਤ ਹੁੰਦੀ ਹੈ, ਚੰਗਿਆਈਆਂ ਪ੍ਰਾਪਤ ਹੁੰਦੀਆਂ ਹਨ ਉਸ ਦੇ ਹੁਕਮ ਨਾਲ ਹੀ। ਹੁਕਮੀ ਹੋਮਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਉਸ ਦੇ ਹੁਕਮ ਦੇ ਵਿੱਚ ਹੀ, ਅਕੋਰਡਿੰਗ ਟੂ ਹਿਸ ਕਮਾਂਡ, ਇਨਸਾਨ ਉੱਤਮ ਤੇ ਨੀਚ ਬਣਦੇ ਹਨ, ਭਲੇ ਤੇ ਚੰਗੇ ਬਣਦੇ ਹਨ। ਅਕੋਰਡਿੰਗ ਟੂ ਹਿਸ ਕਮਾਂਡ ਪੀਪਲ ਬਿਕਮ ਹਾਈ ਐਂਡ ਲੋ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਉਸ ਦੇ ਲਿਖੇ ਹੋਏ ਹੁਕਮ ਅਨੁਸਾਰ, ਅਕੋਰਡਿੰਗ ਟੂ ਹਿਸ ਰਿਟਨ ਕਮਾਂਡ, ਇਨਸਾਨ ਜੋ ਹੈ ਦੁੱਖ ਤੇ ਸੁੱਖ ਪਾਉਂਦਾ ਹੈ। ਦੀ ਮੈਨ ਐਨੀ ਪਰਸਨਸ ਪੀਪਲ ਗੈਟ ਸਾਰੋਸ ਐਂਡ ਪਲੇਅਰਸ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਐਵਰੀਬਡੀ ਇਨ ਦਿਸ ਯੂਨੀਵਰਸ ਇਜ ਅੰਡਰ ਦੀ ਕਮਾਂਡ ਆਫ ਆਲ ਮਾਈਟੀ। ਦੇਅਰ ਇਜ ਨੋ ਬਡੀ ਇਨ ਦੀ ਯੂਨੀਵਰਸ ਹੂ ਇਜ ਨਾਟ ਅੰਡਰ ਹਿਸ ਕਮਾਂਡ। ਬਾਹਰ ਹੁਕਮ ਨਾ ਕੋਏ, ਉਸ ਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਹਰ ਕੋਈ ਇਨਸਾਨ ਜੋ ਵੀ ਇਸ ਸ੍ਰਿਸ਼ਟੀ ਦੇ ਵਿੱਚ ਹੈ, ਹਰ ਕੋਈ ਉਹ ਜੀਵ ਜੋ ਇਸ ਸ੍ਰਿਸ਼ਟੀ ਦੇ ਵਿੱਚ ਹੈ, ਹਰ ਇੱਕ ਪਦਾਰਥ ਜੋ ਸ੍ਰਿਸ਼ਟੀ ਦੇ ਵਿੱਚ ਹੈ, ਉਹ ਸਾਰੇ ਦੇ ਸਾਰੇ ਪ੍ਰਭੂ ਦੇ ਹੁਕਮ ਵਿੱਚ ਹੀ ਚੱਲ ਰਹੇ ਹਨ। ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹੋਮੈ ਕਹਿ ਨਾ ਕੋਏ। ਸਤਿਗੁਰੂ ਜੀ ਫਰਮਾ ਰਹੇ ਹਨ ਕਿ ਜੇ ਕੋਈ ਇਸ ਹੁਕਮ ਨੂੰ ਜਾਣ ਲਵੇ, ਗੁਰੂ ਦੀ ਬਖਸ਼ਿਸ਼ ਨਾਲ ਇਹ ਪ੍ਰਾਪਤੀ ਹੋ ਸਕਦੀ ਹੈ।
ਜੇ ਕੋਈ ਹੁਕਮ ਨੂੰ ਜਾਣ ਲਵੇ, ਹੁਕਮ ਨੂੰ ਬੁੱਝੇ, ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਬੁੱਝ ਲਵੇ, ਕੋਈ ਜਾਣ ਲਵੇ, ਕਿਸੇ ਨੂੰ ਇਸ ਦੀ ਗਿਆਨ ਹੋ ਜਾਵੇ, ਤਾਂ ਹੋਮੈ ਕਹੇ ਨਾ ਕੋਈ, ਤੇ ਫਿਰ ਹੋਮੈ ਨਹੀਂ ਕੋਈ ਕਹੇਗਾ, ਕੋਈ ਮੈਂ ਨਹੀਂ ਕਹੇਗਾ, ਉਸ ਦੀ ਮੈਂ ਮਰ ਜਾਏਗੀ, ਹਿਜ਼ ਈਗੋ ਵਿਲ ਬੀ ਕਿਲਡ, ਹੀ ਵਿਲ ਬੀ ਗੈਟਿੰਗ ਰਿਡ ਆਫ ਈਗੋ, ਉਸ ਕੋਲ ਫਿਰ ਹੋਮੈ ਨਹੀਂ ਰਹੇਗੀ, ਜੇ ਹੁਕਮ ਨੂੰ ਪਛਾਣ ਲਵੇ, ਗੁਰੂ ਦੀ ਐਸੀ ਬਖਸ਼ਿਸ਼ ਕਿਸੇ 'ਤੇ ਵਰਤ ਜਾਵੇ, ਵਿਦ ਦੀ ਗ੍ਰੇਸ ਆਫ ਸਤਿਗੁਰੂ ਈਗੋ ਇਜ਼ ਡਨ ਅਵੇ ਵਿਦ, ਇਹ ਜਿਹੜੀ ਹੋਮੈ ਹੈ ਇਹ ਖਤਮ ਹੋ ਜਾਏਗੀ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ, ਫਿਰ ਕਿਸੇ ਨੇ ਮੈਂ ਨਹੀਂ ਕਹਿਣੀ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਐ ਪ੍ਰਭੂ ਤੈਨੂੰ ਲੋਕ ਗਾਉਂਦੇ ਹਨ, ਸਾਧ ਸੰਗਤ ਜੀਓ ਅੱਜ ਇਤਨੀ ਸੇਵਾ ਪ੍ਰਵਾਨ ਕਰੋ, ਅਨੇਕਾਂ ਭੁੱਲਾਂ ਚੁੱਕਾਂ ਉਕਾਈਆਂ ਜੋ ਹੋਈਆਂ ਬਖਸ਼ ਦਿਓ, ਆਪ ਬਖਸ਼ਣ ਯੋਗ ਹੋ, ਸਤਿਗੁਰੂ ਬਖਸ਼ਣ ਯੋਗ ਹਨ, ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।